ਹਾਂਜੀ, ਬਹੁਤ ਦਿਨਾਂ ਬਾਅਦ ਅੱਜ ਵਲੋਗ ਬਣਾ ਰਹੇ ਹਾਂ ਅਤੇ ਬਹੁਤ ਦੇਰ ਹੋ ਗਈ ਸੀ ਵਲੋਗ ਆ ਨਹੀਂ ਰਹੇ ਸੀਗੇ, ਵਲੋਗ ਇਸ ਕਰਕੇ ਨਹੀਂ ਆ ਰਹੇ ਸੀਗੇ, ਇੱਕ ਤਾਂ ਬਿਜ਼ੀ ਸੀਗੇ, ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਕਰਕੇ ਯਾਰ ਮਨ ਵੀ ਨਹੀਂ ਕਰਿਆ। ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕੀ ਇੰਸੀਡੈਂਟ ਹੋਇਆ ਸੀ, ਬਾਕੀ ਆਪਾਂ ਤਾਂ ਆਹੀ ਕਹਿੰਦੇ ਹਾਂ ਕਿ ਬਾਈ ਨੂੰ ਜਸਟਿਸ ਮਿਲੇ ਉਹਨਾਂ ਦੇ ਪਰਿਵਾਰ ਨੂੰ, ਅਤੇ ਬਾਬਾ ਭਲੀ ਕਰੇ ਅਤੇ ਬਾਬਾ ਜੀ ਆਪਾਂ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਤੇ ਬਾਕੀ ਬਸ ਆਪਾਂ ਇੰਨਾ ਕੁ ਕਰ ਸਕਦੇ ਹਾਂ ਕਿ ਸਰਕਾਰਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਬਾਈ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਸ਼ੂਟ ਕੀਤਾ ਉਹਨਾਂ ਨੂੰ ਤੁਸੀਂ ਉਸ 'ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਬਾਕੀ ਵੈਲਕਮ ਆ ਤੁਹਾਡੇ ਆਪਣੇ ਚੈਨਲ ਦੇ ਉੱਪਰ, ਅਤੇ ਜਿਹੜਾ ਨਵਾਂ ਆਇਆ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਅੱਜ ਦਾ ਵਲੋਗ ਹੈ ਜਿਹੜਾ ਅਤੇ ਉਹ ਰੈਂਡਮ ਜਿਹਾ ਵਲੋਗ ਬਣੂਗਾ। ਅਤੇ ਬਾਕੀ ਹੁਣ ਆਪਾਂ ਚੱਲੀਏ, ਸਭ ਤੋਂ ਪਹਿਲਾਂ ਜਿੰਮ ਉੱਠੇ ਹਾਂ ਸਵੇਰੇ, ਅਤੇ ਰੈਡੀ ਸ਼ੈਡੀ ਹੋ ਗਏ, ਪਰਨਾ ਬੰਨ ਲਿਆ, ਅਤੇ ਬਾਕੀ ਸਵੇਰ ਦੇ ਬੱਚੇ ਹੈ 6:30, ਅਤੇ 6:30 ਹੋ ਗਏ, ਬਸ ਕੱਪੜੇ ਕੁੱਪੜੇ ਪਾ ਲਏ, ਹੁਣ ਬੂਟ ਪਾਈਏ ਅਤੇ ਆਪਣਾ ਖਾ ਪੀ ਕੇ ਜਿੰਮ ਚੱਲੀਏ। ਫਿਰ ਉਸ ਤੋਂ ਬਾਅਦ ਅੱਗੇ ਜੁੜੇ ਰਹੋ ਵਲੋਗ ਨਾਲ, ਅਤੇ ਹੁਣੇ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਉਹੀ ਮੈਂ ਹੁਣ ਦੇਖ ਰਿਹਾ ਸੀਗਾ, 5% ਲੋਕ ਵੀਡੀਓ ਦੇਖ ਕੇ ਸਬਸਕ੍ਰਾਈਬ ਕਰਦੇ ਆ, ਬਾਕੀ 95% ਲੋਕ ਸਬਸਕ੍ਰਾਈਬ ਨਹੀਂ ਕਰਦੇ। ਸਬਸਕ੍ਰਾਈਬ ਕਰ ਲਿਆ ਕਰੋ ਯਾਰ, ਤੁਹਾਡੇ ਕਰਕੇ ਉੱਪਰ ਜਾਣਾ। ਅਤੇ ਬਾਕੀ ਹੁਣ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਹੁਣ ਆਪਾਂ ਵਲੌਗ ਕਰਦੇ ਕੰਟੀਨਿਊ, ਅੱਗੇ ਦੇਖਿਓ ਤੁਸੀਂ। ਚਲੋ ਹੁਣ ਪ੍ਰੀ ਵਰਕਆਊਟ ਡਾਇਟ ਲੈ ਲਈਏ ਅਤੇ ਕੌਫੀ ਕੂਫੀ ਪੀਏ ਪ੍ਰੀ ਵਰਕਆਊਟ ਵਾਸਤੇ। ਅਤੇ ਕੌਫੀ ਦਾ ਫਾਇਦਾ ਹੁੰਦਾ, ਇੱਕ ਪ੍ਰੀ ਵਰਕਆਊਟ ਵਾਸਤੇ ਸਭ ਤੋਂ ਵਧੀਆ ਚੀਜ਼ ਹੈ, ਅਤੇ ਆਪਣਾ ਬੀ ਪੀ ਲੈਵਲ ਅੱਪ ਕਰਦਾ ਜਿਹਦੇ ਨਾਲ ਆਪਾਂ ਹੈਵੀ ਵੇਟ ਲਿਫਟ ਕਰ ਸਕਦੇ ਹਾਂ। ਬਾਕੀ ਕੌਫੀ ਪੀਂਦੇ ਹਾਂ, ਹੁਣ ਚੱਲਦੇ ਹਾਂ ਜਿੰਮ। ਫਿਰ
ਹੁਣ ਚੱਲ। ਤੇਰੀ ਕੈਟ ਵਾਕ ਦੇਖੀ ਮੈਂ ਠੀਕ ਹੈ ਆ ਉੜੀ ਉੜੀ ਜਾਏ ਪਤੰਗ ਉੜੀ ਉੜੀ ਜਾਏ ਓ ਮਾਈ ਗॉड ਵਾਓ ਹੈ ਬਸ ਉਹਨੂੰ ਪੁੱਛੋ ਵਰਕਆਊਟ ਡਨ ਹੋ ਗਿਆ ਉਹਦਾ ਬਣਾਇਆ ਹੋਇਆ ਮੋਰ ਪੂਰਾ ਇਹਦਾ ਪੂਰਾ ਮੋਰ ਬਣਿਆ ਸੀ ਇਹਦੀਆਂ ਪੈਲਾਂ ਪਾਉਂਦੀਆਂ ਨਹੀਂ ਦਿਖਾਈਆਂ ਬਸ ਆ ਮੁੰਡਿਆ ਉੱਡਤਾ ਪੰਛੀ ਇਹ ਬਣਿਆ ਉੜਤਾ ਪੰਛੀ ਬਾਕੀ ਚਲੀਏ ਸਾਹ ਜੀ ਚਲੋ ਚਲੀਏ ਖਾਈਏ ਡਾਈਟਾਂ ਡੂਟਾਂ ਤਾਂ ਹੀ ਕੰਮ ਬਣਨਾ ਨਹੀਂ ਤਾਂ ਅੰਨੇ ਝੋਟੇ ਵਾਂਗੂ ਜਿੰਨਾ ਮਰਜ਼ੀ ਜ਼ੋਰ ਮਾਰੀ ਜਾਓ ਕੋਈ ਉਹਦਾ ਫਾਇਦਾ ਤਾਂ ਹੈ ਨਹੀਂ ਆ ਜਾ ਚੱਲ ਚੱਲ ਫਿਰ
ਕਿ ਉਹਨੇ ਸਰਪ੍ਰਾਈਜ਼ ਦੇਣਾ ਘਰੇ ਆਪਣੇ ਤਾਂ ਦੱਸਣਾ ਨਹੀਂ, ਉਹਦਾ ਭਰਾ ਆਪਣੇ ਨਾਲ ਐਡ ਆ, ਉਹਨੂੰ ਪਤਾ ਲੱਗ ਜੂਗਾ ਕਿਉਂਕਿ ਉਹ 5-6 ਸਾਲਾਂ ਬਾਅਦ ਆਇਆ, ਅਤੇ ਤਾਂ ਕਰਕੇ ਵਲੌਗ ਜਾਂ ਸਟੋਰੀਆਂ 'ਚ ਉਹਨੂੰ ਮੈਂਸ਼ਨ ਨਹੀਂ ਕਰਨਾ ਜਾਂ ਦਿਖਾਉਣਾ ਨਹੀਂ, ਤਾਂ ਫਿਰ ਬਈ ਅਗਲੇ ਦਾ ਸਸਪੈਂਸ ਸਾਰਾ ਖਰਾਬ ਹੋ ਜਾਣਾ। ਬਸ ਉਹ ਜਾ ਰਿਹਾ, ਕੋਈ ਨਾ ਅਗਲੇ ਵਲੌਗ ਜੇ ਸਬੱਬ ਬਣਿਆ ਫਿਰ ਲਿਆ ਕੇ ਦਿਖਾਵਾਂਗੇ ਕੌਣ ਆ ਉਹ। ਬਾਕੀ ਚੱਲਦੇ ਹਾਂ ਹੁਣ ਲੈ ਉਸਤਾਦ, ਹਾਂ ਸਿਟੀ ਮੈਂ ਚੱਲੀਏ, ਦੇਖੀਏ ਬੋਲਿੰਗ ਬੂਲਿੰਗ ਕਰਕੇ, ਅਤੇ ਖੁੱਲ੍ਹੀ ਕੇ ਨਹੀਂ ਬਹੁਤ ਦਿਨ ਹੋ ਗਏ ਕਰੀ ਨਹੀਂ। ਲੈ ਭੀੜ ਬਹੁਤ ਹੈ, ਦੇਖਦੇ ਹਾਂ ਬੋਲਿੰਗ ਵਾਲਾ ਕੰਮ ਹੈ ਓਕੇ ਕਿ ਨਹੀਂ, ਦੇਖਦੇ ਹਾਂ। ਚੱਲ ਪਹਿਲਾਂ ਕਾਰਡ ਬਣਵਾਉਣਾ ਪੈਣਾ ਫਨ ਸਿਟੀ ਵਾਲਾ। ਬਣ ਗਏ ਕਾਰਡ ਕੂਰਡ ਕਰਦੇ ਆ ਬਹੁਤ, ਸਮਝ ਰਹੇ ਹੋ ਸਮਝ ਰਹੇ ਹੋ। ਬੇਟੀ ਦਾ ਚੱਲ ਰਹੇ ਹੈ, ਬੇਟੀ ਦਾ ਜਿਹੜਿਆ ਬੱਕਰੇ ਬੁਲਾਉਣੇ, ਠੀਕ ਆ, ਸਾਰੀਆਂ ਬੋਲਾਂ ਸਟਰਾਈਕਾਂ ਦੇ ਸਟਰਾਈਕਾਂ ਮਾਰਨੀਆਂ ਆਪਾਂ, ਵਾ ਬਾਰੀ ਆਲਣ ਦੇ, ਠੀਕ ਹੈ, ਸਟਰਾਈਕਾਂ ਦਾ ਸਟਰਾਈਕਾਂ ਜਾਣੀਆਂ। ਮੁੰਡਿਆ ਕਰੀਏ ਸ਼ੁਰੂ, ਲੈ ਫੜ ਤੇਰਾ ਕੈਮਰਾ ਪਹਿਲੀ ਵਾਰੀ ਆਪਣੀ ਮਜ਼ਾ ਆਇਆ। ਚੱਲ ਵੀ ਮੁੰਡਿਆ ਲੈ ਵੀ ਚੱਕ ਇੱਕ ਹੋਰ ਵਾਰੀ, ਚੱਲ ਇੱਕ ਹੋਰ ਚੱਕ, ਮੁੰਡਾ ਪਹਿਲੀ ਵਾਰ ਖੇਡ ਰਿਹਾ, ਇਹਨੂੰ ਸਿਖਾ ਦਈਏ, ਖੜ ਜਾ ਖੜ ਜਾ ਖੜ ਜਾ ਖੜ ਜਾ, ਚੱਲ 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 ਫੜਕਾ ਦੇ ਸਾਰੀਆਂ। ਲੈ ਸਟਰਾਈਕਾਂ ਨਹੀਂ ਵੱਜ ਰਹੀਆਂ, ਪਹਿਲੀ ਸਟਰਾਈਕ ਹੀ ਵੱਜੀ ਮੇਰੇ ਤੇ, ਇਹਦਾ ਦੇਖੋ ਇਹ ਗਈ ਲੈ ਇੱਕ ਵਾਰੀ ਹੋਰ, ਚੱਲ 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 ਮਾਰ ਇਸ ਵਾਰ ਸਾਰੀਆਂ ਭੜਕਾ ਦੇ ਸਾਰੀਆਂ, ਹਾਂ ਸਾਰੀਆਂ ਆਉਣੀ ਚਾਹੀਦੀ ਹੈ ਇਸ ਵਾਰ, ਲੈ ਆਪ ਹਿੱਲ ਗਿਆ ਤੂੰ, ਇਹ ਜਾਊ ਕਿ ਨਹੀਂ, ਲੈ ਕਿੰਨੀਆਂ ਆਈਆਂ ਬਾਈ, ਵਿਸ਼ਾਲ ਮੂਹਰੇ ਚੱਲ ਰਿਹਾ ਆਪਣੇ, ਨਜ਼ਰ ਲੱਗ ਗਈ। ਬਾਕੀ ਹੁਣ ਖਾਣ ਪੀਣ ਚੱਲਦੇ ਆ, ਇੱਧਰ ਹੀ ਚੱਲੀਏ ਪੈਰਿਟਸ ਆਫ ਰੇਲ, ਚਲੀਏ ਸਰ ਲੱਗਿਆ ਮੂਸੇ ਵਾਲਾ ਚੱਲਦਾ ਬਲੂ ਵੇਜ, ਚਲੋ ਯਾਰ ਦੇਖਦੇ ਹਾਂ। ਦੋ ਮੈਂਬਰ ਲਾਗੀ ਭੱਠੀ
ਪੱਠੀ ਜੀ ਲੱਗੀ ਪੱਠੀ ਪੱਠੀ ਆਪਣੇ ਵਾਸਤੇ ਤਾਂ ਪੱਠੀਆਂ ਹੀ ਆ ਇਹ ਲੋਕਾਂ ਵਾਸਤੇ ਹੋਊਗੀ ਬਾਰਬੀਕਿਊ ਆਪਣੇ ਵਾਸਤੇ ਪੱਠੀ ਹੈ ਸਹੀ ਗੱਲ ਆਉਂਗੇ ਹੁਣ ਸਰ ਐਕਸਪੀਰੀਅੰਸ ਦੱਸੋ ਪਾਣੀ ਪੀਓਗੇ ਨਹੀਂ ਸਰ ਪੀ ਲਾਂਗੇ ਬਾਅਦ ਪੀਓਗੇ ਡੈਜ਼ਰਟ ਡੈਜ਼ਰਟ 'ਚ ਚੋਕਲੇਟ ਬਰਾਊਨੀ ਐਂਡ ਲਾਈ ਵੀ ਸੀ ਅਤੇ ਇੱਕ ਉਹ ਜਿਹੜੀ ਰੋਜ਼ ਵਾਲੀ ਉਹ ਡੱਬੀ ਸੀ ਬਹੁਤ ਘੈਂਟ ਸੀ ਵਿੱਚ ਮਿੰਟ ਪਤਾ ਨਹੀਂ ਕਿਆ ਮਿਕਸ ਜਿਹਾ ਤਾਂ ਬਹੁਤ ਘੈਂਟ ਚੀਜ਼ ਸੀ ਹੈ ਨਾ ਚੱਲ ਹੁਣ ਚਲੋ ਘਰ ਨੂੰ ਚੱਲੀਏ ਸਰ ਚਲੋ ਬਸ ਨਾਈਟ ਚੱਲਦੇ ਹਾਂ ਗੁੱਡ ਨਾਈਟ ਵਲੌਗ ਦੱਸੋ ਕਿਹੋ ਜਿਹਾ ਲੱਗਿਆ ਅਤੇ ਮਿਲਦੇ ਹਾਂ ਕਿਸੇ ਹੋਰ ਕਿਸੇ ਦਿਨ ਵਲੌਗ 'ਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸਬਸਕ੍ਰਾਈਬ ਆਹ ਰੰਗ ਦਾ ਹੋਊਗਾ ਆਹ ਰੰਗ ਦਾ ਸਬਸਕ੍ਰਾਈਬ ਬਟਨ ਹੋਊਗਾ ਅਤੇ ਬੈੱਲ ਆਈਕਨ ਉਹ ਟੀ ਸ਼ਰਟ ਵੀ ਆਪਣੇ ਬੈੱਲ ਆਈਕਨ ਨਾਲ ਦੀ ਪਾਈ ਫਿਰਦਾ ਸਬਸਕ੍ਰਾਈਬ ਵਾਲੀ ਅਤੇ ਸਬਸਕ੍ਰਾਈਬ ਕਰ ਲਓ ਅਤੇ ਟੰਨ ਕਰਕੇ ਬੈੱਲ ਆਈਕਨ ਦਬਾ ਲਓ ਐਂ ਕਰਕੇ ਟੰਨ ਕਰਕੇ ਵੱਜੂਗਾ ਅਤੇ ਸਬਸਕ੍ਰਾਈਬ ਕਰਕੇ ਰੱਖ ਲਿਓ ਅਤੇ ਦੱਸ ਦਿਓ ਕਿ ਇਹੋ ਜਿਹਾ ਵਲੌਗ ਬਣਿਆ ਅਤੇ ਲਾਈਕ ਤਾਂ ਕਰਿਓ ਕਰਿਓ ਨਾਲ ਡਿਸਲਾਈਕ ਵੀ ਕਰਿਓ ਜੇ ਵਧੀਆ ਨਹੀਂ ਲੱਗਿਆ ਅਤੇ ਕਮੈਂਟ ਕਰਕੇ ਦੱਸਿਓ ਵੀ ਕਿਆ ਕਮੀ ਪੇਸ਼ੀ ਸੀ ਪੂਰੀ ਕਰਾਂਗੇ ਅਗਲੀ ਵਾਰ 'ਚ ਅਤੇ ਮਿਲਦੇ ਹਾਂ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਟੇਕ ਕੇਅਰ ਟਿਲ ਦੈਨ ਬੱਬਾਏ ਬਾਬਾ ਸੁੱਖ ਰੱਖੇ ਅਤੇ ਤੁਹਾਡੇ ਸਾਰਿਆਂ 'ਤੇ ਅਤੇ ਬਾਕੀ ਜਾਂਦੇ ਜਾਂਦੇ ਆਹ ਜ਼ਰੂਰ ਕਹਾਂਗੇ ਕਿ ਬਾਈ ਸਿੱਧੂ ਬਾਈ ਜੇ ਵੱਧ ਤੋਂ ਵੱਧ ਪੋਸਟਾਂ ਪਾਓ ਅਤੇ ਹੈਸ਼ਟੈਗ ਜ਼ਰੂਰ ਲਾਓ ਜਸਟਿਸ ਔਰ ਸਿੱਧੂ ਮੂਸੇ ਵਾਲਾ ਅਤੇ ਬਾਈ ਮਿਲਣਾ ਚਾਹੀਦਾ ਅਤੇ ਮਿਲੂਗਾ ਵੀ ਅਤੇ ਬਾਕੀ ਚੱਲਦੇ ਹਾਂ ਬਾਈ ਮੌਲ ਖਾਲੀ ਹੋ ਗਿਆ ਚਲੀਏ ਓਕੇ ਬਾਏ ਬਾਏ ਟਿਲ ਦੈਨ See you later.